ਸਲਾਮ ਵਾਲੇਕੁਮ ਰਹਿਮਤੁਲ্লাহ ਸਨਾਓ ਦੋਸਤੋ ਕੀ ਹਾਲ ਜਲੇ ਅੱਜ ਦਬਲੋ ਸ਼ੁਰੂ ਕਰਦੇ ਆਂ ਅੱਜ ਆਇਆਗਾ ਫਰਾਈਡੇ ਜੁਮਾ ਤੇ ਖਾਸਾ ਤੁਹਾਡੇ ਪੁਰਾਣੇ ਕਰੈਸਿ ਚੈੱਕ ਕਰੋ ਨਸਾਰ ਕੋ ਤੇ ਹੁਣ ਜੀ ਰੋਟੀ ਸਭੀ ਖਾਦੀ ਹੈ ਤੇ ਸਨਾਓ ਸਾਰੇ ਸਤਾਂਜ ਬਿਤਾ ਠੀਕ ਹੈ ਖਤ ਵਧੀਆ ਹੋਇਆ ਹੈ ਚੈੱਕ ਕਰੋ ਤੇ ਭੁੱਖ ਲੱਗੀ ਏ ਥੋੜੀ ਜੀ ਨਾ ਹੁਣ ਰੋਟੀ ਖਾਦੀ ਸਵੇਰ ਜੀ ਹੁਣ ਆਜੀ ਦਿੰਦੇ 11 ਸਹੀਏ ਆਪਾਂ ਚੱਲੀਏ ਹੁਣ ਫ੍ਰਿਜ ਜਾਂ ਨੂੰ ਤੇ ਜਾਇ ਰਹੇ ਅਸੀਂ ਜੀ ਇੱਕ ਫ੍ਰਿਜ ਚੈੱਕ ਕੀਤੀ ਜਨਾਬ ਵਾਲੀ ਇਹਦੇ ਵਿੱਚ ਸਾਨੂੰ ਕੁਝ ਨਹੀਂ ਮਿਲਿਆਗਾ ਤੇ ਅਚ ਚੈੱਕ ਕਰੋ ਜੀ ਇਹ ਸਾਰੇ ਹੈਗੇ ਖਾਲੀ ਸਹੀ ਹੈ ਇਹ ਸਾਰੇ ਖਾਲੀ ਤਾਂ ਹੁਣ ਜਾਂਦੇ ਦੂਸਰੇ ਫ੍ਰਿਜਰ ਤੇ ਉਹ ਦੇਖੋ ਜੀ ਜੋ ਉੱਪਰ ਗਿਆ ਉਹਨੂੰ ਓਪਨ ਕੀਤਾ ਚੈੱਕ ਕੀਤਾ ਜੀ ਇਹਦੇ ਚ ਸੋਣਾ ਨਾ ਇੱਕ ਦਵਾਣਾ ਪਿਆ ਵਸ ਇੱਕ ਪੇ ਆੜੂ ਆੜੂ ਉੱਪਰ ਚੁੱਕਿਆ ਜੀ ਹੁਣ ਇਹ ਜੀ ਫ੍ਰਿਜ ਬੰਦ ਕੀਤੀ ਹੈ ਤਾਂ ਆਪਾਂ ਵਾਪਸੇ ਵਾਪਸੇ ਜਾਂਦੇ ਸੰਨ ਵਾਪਸੀ ਜਾਂਦੇ ਸੰਨ ਸਾਡੇ ਨੀਕਾ ਪਾ ਕੇ ਮਿੱਠੂ ਤੇ ਮਿੱਠੂ ਬੜੇ ਗੁੱਸੇ ਬੈਠਾ ਨੇ ਮੱਖੀਆਂ ਸਾਰੀਆਂ ਸੀ ਇਹਨੇ ਫਰੂਟ ਫਰਟ ਖਾ ਕੇ ਉਹਨੂੰ ਨਾ ਗੁੱਸੇ ਵਿੱਚ ਬੈਠਾ ਹੋਇਆ ਸੀ ਤੇ ਆ ਤੁਹਾਡਾ ਭਰਾ ਅਰੋ ਚੰਮ ਰਿਹਾ ਸੀ ਕਿ ਜਨਾਬ ਵਾਲੇ ਦਿਲ ਕਰਿਆ ਕਿ ਟੀਵੀ ਦੇਖੀਏ ਹੈ ਆੜੂ ਖਾਨੇ ਖਾਨੇ ਅਚਾਨਕ ਮਗਾ ਤੁਹਾਨੂੰ ਸੁਲਾ ਮਾਲੇ ਮੈਂ ਤੁਹਾਡੇ ਹੱਲ ਕੀਤਾ ਤੁਸੀਂ ਅਸੀਂ ਨਹੀਂ ਖਾਣਾ ਤੇ ਮੈਂ ਫੇਰ ਚੰਮਣਾ ਸ਼ੁਰੂ ਕਰਤਾ ਠੀਕ ਹੈ ਤੇ ਆੜੂ ਖਾਨੇ ਖਾਨੇ ਵਿੱਚ ਚਾਨਕ ਪਈ ਜਾਂ ਟੀਵੀ ਦੇਖਣ ਟੀਵੀ ਨੂੰ ਨਿਗਾਹ ਮਾਰੀਏ ਉੱਥੇ ਲਗੀਆਂ ਖਬਰਾਂ ਤੇ ਨਾਲ ਆ ਗਈ ਮਸ਼ਹੂਰੀ ਤੇ ਮੈਂ ਕਹਿੰਦਾ ਯਾਰ ਹੁਣ ਇਹ ਕਰਨਾ ਹੈ ਮੈਂ ਕਹਾਂ ਚਲ ਛੋੜ ਯਾਰ ਤੇ ਆੜੂ ਖਾਨੇ ਖਾਨੇ ਜਨਾਬੇ ਤੁਹਾਡੇ ਭਰਾ ਯਾਦ ਹੈ ਕਿ ਯਾਰ ਆਪਾਂ ਨਾਲ ਕੋਈ ਹੋਰ ਕੰਮ ਨਾ ਕਰ ਲਈਏ ਤੇ ਮੈਂ ਸੋਇਆ ਸੋਇਆ ਯਾਰ ਮੈਂ ਕਹਾਂ ਚਲੋ ਜੁਮੇ ਤਿਆਰੀ ਕਰਦੇ ਆ ਠੀਕ ਹੈ ਆ ਤੁਹਾਡੇ ਪਰਨੇ ਕੱਪੜੇ ਕੱਢਨੇ ਤੇ ਸਾਰਾ ਸਮਾਨ ਰੈਡੀ ਕਰ ਰਿਹਾ ਤੁਹਾਡਾ ਭਰਾ ਠੀਕ ਹੈ ਚੈੱਕ ਕਰੋ ਵਾਸ਼ ਸਟੀ ਹੈ ਤੇ ਹੋਰ ਸਾਰਾ ਉਲਮ ਪਰਮ ਇਕੱਠਾ ਕਰ ਲਿਆ ਤੇ ਪਤੀਜਾ ਕਹਿੰਦਾ ਯਾਰ ਮੈਨੂੰ ਟੋਪੀ ਦੇਵੇਂਗਾ ਨਹੀਂ ਯਾਰ ਇਹ ਮੈਂ ਲੈਣੀ ਹੈ ਜੁਮਾ ਤੇਰੇ ਸਿਰ ਤੇ ਆਣੀ ਨਹੀਂ ਹੈ ਤੇ ਪਰਫਿਊਮ ਜਨਾਬ ਨੇ ਚੈੱਕ ਕਰੋ ਤੇ ਆ ਤੁਹਾਡੇ ਭਰਾ ਨੇ ਫੁੱਲ ਤਿਆਰੀ ਕਰ ਲਈ ਜੁਮੇ ਦੀ ਤਾਂ ਹੁਣ ਨਾ ਜਾ ਨਹਾਵਾਂਗੇ ਤਾਂ ਫੇਰ ਨਾ ਸੀ ਜੁਮੇ ਪਣ ਜਾਵਾਂਗੇ ਟਾਈਮ ਟਾਈਮ ਸਹੀ ਹੈ ਤੇ ਅੱਜ ਤੁਹਾਡਾ ਭਰਾ ਰੈਡੀ ਹੋ ਗਿਆ ਚੈੱਕ ਕਰੋ ਇਹ ਲਿਸ਼ਕੇ ਮਾਰਦਾ ਚੈੱਕ ਕਰੋ ਜੀ ਤੋਂ ਹੁਣ ਜੀ ਭਰਾ ਭਤੀਜੇ ਦਾ ਵੇਟ ਹੋ ਰਿਆ ਸੀਗਾ ਤਾਂ ਵੱਡਾ ਭਾਈ ਆ ਕਹਿੰਦਾ ਚਲੋ ਜਮਾਂ ਬਣ ਚਲੀਏ ਮੈਂ ਚਲੋ ਜੀ ਤੇ ਹੁਣ ਅਸੀਂ ਜੀ ਮੈਂ ਤੇ ਮੇਰਾ ਭਤੀਜਾ ਜਾ ਹੀ ਰਹੇ ਆ ਤੇ ਇਹ ਜੀ ਮੇਰਾ ਇਹਨਾਂ ਥੋੜੀ ਜ਼ਿਆਦਾ ਬਣਦੀ ਹੈ ਹੈ ਤੇ ਮੈਂ ਇਹ ਜੀ ਮੈਨੂੰ ਨਾ ਆਪਣਾ ਦੋਸਤ ਮੰਨਦਾ ਤੇ ਜਿਵੇਂ ਬੜ ਕੇ ਫਾਰਕ ਹੋਇਆ ਜਨਾਬੇ ਤੁਹਾਡੇ ਭਰਾ ਨੇ ਕਿਹਾ ਜੋ ਛੇਬੀ ਲਵਲੇ ਛੇਬੀ ਸੰਨ ਲੱਭਿਆ ਕੋਈ ਨਹੀਂ ਤਾਂ ਹੁਣ ਜਨੇ ਜੀ ਸਾਡੇ ਵੱਡੇ ਭਤੀਜੇ ਨਿਗਾਹ ਪਾਗੇ ਜੀ ਉਹ ਵੱਡੇ ਚਾਚਾ ਨੇ ਆਪਣੇ ਜਾ ਰਿਹਾ ਸੀਗਾ ਠੀਕ ਹੈ ਤੇ ਕਹਿੰਦਾ ਮੈਨੂੰ ਵੀ ਚੁੱਕ ਮੈਂ ਕਹਿੰਦਾ ਨਹੀਂ ਯਾਰ ਅੱਗੇ ਮੈਂ ਚੁੱਕਿਆ ਹਿਆ ਤੇ ਜਾਂਦਿਆਂ ਦਾ ਜੀ ਛੇਬੀ ਸੰ ਕਣਕ ਬਾਰਾ ਨੁਕਸਾਨ ਬੜਾ ਹੋਉਂਦਿਆ ਜੁਮਾ ਪੜਿਆ ਵਾ ਮਾਫੀ ਮੰਗੀ ਆ ਤੇ ਸਾਰੇ ਮਾਫੀ ਮੰਗੋ ਤੇ ਮੈਂ ਕਹਿਆ ਤੂੰ ਕਿਉਂ ਨਹੀਂ ਮੰਗਦਾ ਕਹਿੰਦਾ ਮੈਂ ਹੀ ਮੰਗ ਲੈਣਾ ਤੇ ਜਨਾਬ ਜੀ ਆ ਜਿਵੇਂ ਆਪਣੇ ਘਰ ਜਾ ਰਹੇ ਆ ਅੱਜ ਦਾ ਵੀ ਲੋਕ ਇੱਥੇ ਕਰਦੇ ਐਂਡ ਤੇ ਆਪਣਾ ਬਹੁਤ ਬਹੁਤ ਖਿਆਲ ਰੱਖਣਾ ਠੀਕ ਹੈ ਸਾਨੂੰ ਦੁਆਵਾਂ ਵਿੱਚ ਯਾਦ ਰੱਖਿਓ ਅੱਲਾ ਹਾਫਿਜ਼